ਸਾਰਿਆਂ ਨੂੰ ਰਾਮ ਰਾਮ ਭਾਈ। ਅਰੇ ਜੁਗਰ ਤੇ ਆਪ ਆਪਣੇ ਕੋਲੇਜ ਮਹਾਂ ਨੇਕੀ ਰਾਮ ਮੈਂ। ਅਰੇ ਇੱਕ ਮਹੀਨੇ ਪਹਿਲਾਂ ਮੈਨੇ ਇੱਕ ਯੂਟਿਊਬ ਪਰ ਵਲੋਗ ਡਾਲਿਆ ਥਾ, ਜਿਸਕਾ ਟਾਈਟਲ ਥਾ ਫੇਸਬੁੱਕ ਕੇ ਫਾਇਦੇ ਨੋ ਯੂਟਿਊਬ ਕੇ ਫਾਇਦੇ ਨਿਊ ਗਰਲ ਇਨ ਮਾਈ ਲਾਈਫ। ਔਰ ਉਸ ਮੈਂ ਬਤਾਈ ਥੀ ਕਿ ਉੱਕਰ ਕੇ ਇੱਕ ਛੋਟੀ ਮੇਰੇ ਦੋਰੇ ਮੈਸੇਜ ਕਰਨ ਲੱਗ ਰਹੀ ਹੈ, ਪਰ ਜਿਸ ਹਿਸਾਬ ਤੋਂ ਬਾਤ ਹੋਏ ਥੀ ਉਸ ਹਿਸਾਬ ਤੋਂ ਫੇਕ ਲੱਗ ਗਿਆ ਤਾ। ਮੈਨੂੰ ਬਤਾ ਵੀ ਦੀ ਸੀ ਮੈਂ ਕੋਈ ਫੇਕ ਲੱਗ ਗਏ ਉਹ ਮੈਨੂੰ ਛੋਰੀ ਲੱਗਦੀ ਕੋ ਨਿਆ, ਪਰ ਅੱਜ ਇਹ ਬੇਰਾ ਪਟਿਆ ਹੈ ਅਗਵਾ ਤਾਂ ਛੋਰੀ ਹੈ। ਔਰ ਮਤਲਬ ਛੋਰੀ ਵੀ ਸੀ ਅਗਰ ਜੋ ਸਭ ਤੋਂ ਕਲੋਜ਼ ਹੈ ਆਪਣੇ ਨਿੱਕੀ ਰਾਮ ਹੈ, ਵਾਹ ਜਿਸ ਮਤਲਬ ਸੋਚ ਵੀ ਨਾ ਸਕਦੇ, ਵਾਹ ਮਾਰੇ ਇਤਨੇ ਮਜ਼ੇ ਲੈ ਜਾ ਹੈ, ਉਸਨੇ ਕਰ ਦਿਆ ਜੀ ਉਹ ਕੰਮ। ਔਰ ਇਹ ਕਿਉਂਕਰ ਬੇਰਾ ਲੱਗ ਗਿਆ ਉਸ ਦਿਨ ਬਾਈ ਉਸ ਵਲੋਗ ਮੈਂ ਮੈਨੇ ਟੀ ਸ਼ਰਟ ਪਹਿਰਾ ਕੇ ਦਿਆ ਸੁਪਰ ਸਟਾਰ ਐਡੀਡਾਸ ਖਰੀ ਸੇ ਸਟਾਰ ਤਾਂ ਬ ਬਣੇ ਕੋ ਨਿਆ ਟੀ ਸ਼ਰਟ ਪੈ ਰਿਹਾ ਹੀ ਬਤਾ ਤਾਂ ਬਾਈ ਫੇਟੀ ਮਨਵਾ। ਅਰੇ ਮੈਂ ਬੋਲਿਆ ਮੈਂ ਤੇਰਾ ਫੋਨ ਨਾ ਮਿਲਤਾ ਕੀ ਰਸਤਾ ਹੈ, ਬੋਲੀ ਨਵਾਂ ਨੰਬਰ ਲੈ ਲਿਆ। ਮੈਂ ਫਿਰ ਬਤਾਈ ਵੀ ਕੋ ਨਿਆ, ਬੋਲੀ ਤੇਰੇ ਦੁਰਾ ਲਿਆ ਮੇਰਾ ਨੰਬਰ ਦੇਖ ਵਟਸਐਪ ਹੈ, ਬੋਲੀ ਖੋਲ ਕੇ ਦੇਖ ਮੈਨੂੰ ਰੱਬਾ ਵਟਸਐਪ ਘੱਟ ਦੀਆ ਮੈਂ ਦੇਖ ਕਿਸੀ ਹੈ। ਔਰ ਫਿਰ ਇਤਨੀ ਆਣ ਮੈਂ ਤੜਾ ਕਰਨ ਲੱਗ ਗਿਆ ਨਾ ਉਸ ਛੋਰੀ ਕੇ ਮੈਸੇਜ ਦੇਖੇ, ਮੈਨੂੰ ਮੈਂ ਤੂੰ ਆਪਣੀ ਛੋੜ ਪਹਿਲਾਂ ਤਾਂ ਇਸਨੇ ਦੇਖ ਮੈਂ ਕੁਣ ਹੈ ਮੱਥਾ ਮਾਰ ਕਈ ਦਿਨ ਹੋ ਗਏ ਤਾਂ ਕੀ ਕਰ ਗਏ ਰਿਹਾ, ਮਖਾ ਮੈਸੇਜ ਕਰਿਆ ਹੈ ਯੋ ਹੈ ਵੋ ਹੈ ਮਖਾ ਦੇਖ ਹੀ ਨਟੋ। ਔਰ ਬਾਈ ਵੱਡਾ ਚੈਟ ਨੇ ਅਰਧੜਾ ਦੜਾ ਸਲਾਹ ਕਰੀ, ਔਰ ਮੇਰਾ ਸਮਝ ਮੈਂ ਨਹੀਂ ਆਇਆ, ਮਖਾ ਦੇਖਣ ਕੌਣ ਸਵਾਦ ਲੈ ਰਹੀ ਹੈ ਕਹਿ ਲੱਗ ਰਹੀ, ਬੋਲੀ ਤੂੰ ਵੀ ਪੂਰੇ ਕਰ ਰਿਹਾ ਹੈ ਕਦੀ ਫਿੱਟਣ ਨੇ ਤਿਆਰ ਸੈ, ਮਖਾ ਅੰਬ ਹੈ ਯਾ ਇਹ ਲੈ ਰਹੀ ਹੈ ਮਜੇ, ਮੈਂ ਤਾਂ ਕਿਤੇ ਨਾ ਮਖਾਈ ਨਾ ਵੋ ਦਿੱਤਾ ਮਨ ਤਾਂ ਮਖਾ ਕਈ ਦਿਨ ਹੋ ਲਈ ਰਿਪਲਾਈ ਕਰਨੇ ਵੀ ਛੋੜ ਰੱਖੇ ਇਸਕੇ, ਇਹ ਵੀ ਆਏ ਹੰਗਾਈ ਕਰੇ ਜਾ ਹੈ ਨਿਊ ਹੈ ਯੇ ਹੈ ਵੋ ਹੈ ਤੇ ਵੱਡਾ ਚੈਟ ਰਸ ਹੈ ਬਾਈ ਯਾਰ ਮੰਨਾ ਇਤਨਾ ਗਿਆਨ ਨਹੀਂ। ਔਰ ਉਸ ਤਾਂ ਚੈਟ ਪੜਾ ਲੱਗ ਰਿਹਾ ਮੈਂ, ਔਰ ਮੰਨੇ ਕਿਵੇਂ ਰਹੀ ਆਏ ਮੈਸੇਜ ਕਰ ਰਹੀ ਰਹੀ ਆ ਸਵਾਦ ਲੈ ਰਹੀ ਮੇਰੇ ਅਟਕੇ। ਔਰ ਤੇ ਫਿਰ ਪੜ ਗਰੀ ਸਾਰੀ ਚੈਟ ਰਸ ਹੈ ਸਰ, ਫਿਰ ਦੂਰ ਹੋ ਗਿਆ ਨੂੰ ਬੋਲੀ ਫੋਰ ਯੋਰ ਕਾਇੰਡ ਇਨਫੋਰਮੇਸ਼ਨ ਮੈਂ ਇਹ ਸੂ ਯਾ ਮੈਂ ਤੇਰੀ ਛੋਰੀ ਗਈ ਆ ਕੇ ਬਣੀ ਇਹ ਬਾਈ ਇਤਨਾ ਗਿਆਨ ਨਾ ਥਾ ਕਿ ਮਤਲਬ ਜੋ ਦੋਰੇ ਤਾਂ ਇਸੀ ਤਰੀਆ ਬਾਤ ਕਰੇ ਮੇਰੇ ਤੇ ਆਰੇ ਉਰੇ ਕਰਕੇ ਵਾ ਚੈਟ ਮੈਂ ਆਪ ਉਪ ਕਰਕੇ ਬੇਕੂਫ ਬਣਾਵਾਂਗੀ ਸੋਚੀ ਨਾ ਥੀ ਖਰੇ ਖਰ ਬਾਈ ਕੀ ਕਹਿ ਸਕਾਂ ਅੱਜ ਕਾ ਟੀਮ ਸਾ ਕੋਈ ਕਿਸੇ ਹੋਗਾ ਬੇਵਕੂਫ ਬਣਾ ਦੇ ਹੈ ਔਰ ਹਮ ਤਾਂ ਜਣੂ ਬਾਲਕ ਬੁੱਧੀ ਹਾਂ ਗਿਆਨ ਕੋ ਨਾ ਇਤਨਾ ਖਰੇ। ਔਰ ਉਨ ਦਿਨ ਉਸ ਵਲੋਗ ਮੈਂ ਘਣਾ ਪਾ ਗਿਆ ਥਾ ਕਿ ਨਿਊ ਐਕਸਪੀਰੀਅੰਸ ਹੈ ਵੋ ਐਕਸਪੀਰੀਅੰਸ ਹੈ ਐਕਸਪੀਰੀਅੰਸ ਦਰਿਆ ਕਾ ਦਰਿਆ ਰਹਿ ਜਾਂ ਇਹ ਇਸੀ ਤਰ੍ਹਾਂ ਪਾਗਲ ਬਣਾ ਕਰ ਰਿਹਾ ਮਾਨਸ ਨੇ ਦਮਾਗ ਗੋਡਾਮ ਚਲਿਆ ਜਾ ਹੈ ਬੇਰਾ ਨਹੀਂ ਪੱਟ ਤਾਂ ਕੀ ਹੋ ਗਿਆ ਖਰ। ਬਾਕੀ ਉਸਨੇ ਮਜ਼ੇ ਤਾਂ ਕੇ ਲੈਣੇ ਦੇ ਬਾਅਦ ਆਪਣਾ ਬੜੀਆ ਉਹ ਮੈਨੂੰ ਦੇਖ ਚੈੱਕ ਕਰ ਰਹੀ ਸੀ ਮਨੇ ਕਿ ਕੁਛ ਭੰਗੜਾ ਗਾ, ਬਾਕੀ ਆਪਾਂ ਸੱਟ ਲਾਉਂਦੇ ਹਾਂ ਭੰਗੜੇ ਕੋ ਨਾ ਤੋੜੇ ਹੈ ਔਰ ਰਿਪਲਾਈ ਕਰਨੇ ਆਪਾਂ ਛੋਟ ਦੀ ਇੱਥੇ ਕਰ। ਫਿਰ ਉਹਨੇ ਬਤਾ ਦੀ ਫਿਰ ਮੈਂ ਟਰਾ ਕਲੋਜ਼ ਹੋ ਗਿਆ, ਬਸ ਇਤਨੀ ਬਤਾਣੀ ਸੀ ਜੋ ਚੋੜਾ ਹੋ ਗਿਆ ਉਹ ਲੋਕ ਮੈਨੂੰ ਡਾਲਿਆ ਥਾ ਨਾ ਖਰੇ, ਉਹ ਤਾਂ ਸਾਰਾ ਨਕਲੀਲ ਕੱਢਿਆ ਉਸ ਵਾਲਾ ਤਾਂ ਸਿਸਟਮ ਮਤਲਬ ਸਾਰਾ ਝੂਠ ਹੋ ਗਿਆ, ਉਹ ਤਾਂ ਛੋਰਾ ਛੋਰਾ ਕੋਈ ਨਹੀਂ ਪਾਇਆ ਇਤਨੀ ਕਹਿ ਗਈ ਸੀ ਮਨੇ। ਅਰ ਇਹ ਆਪਣੀ ਮਤਲਬ ਸਭ ਤੋਂ ਕਲੋਜ਼ ਫਰੈਂਡ ਹੈ ਪਾਈ, ਅਰ ਉਹ ਜੇ ਕਰਦਾ ਉਹ ਥਾਰੇ ਤਾਂ ਬਤਾ ਦਿਆ ਵਾ ਯਾਰ ਦੋ ਹਫ਼ਤਿਆਂ ਪਾਛਾ ਵਾ ਕੋਲੇਜ ਮੈਂ ਬੜੇ ਹਾਂ ਗਣਿਆ ਕਿਉਂ ਲਾਣੇ ਆ ਲਈ ਇੱਥੇ ਆਉਂਦਾ ਕੋ ਨਿਆ ਆਉਂਦਾ ਕੋ ਨਿਆ, ਮਖਾ ਕੋਲੇਜ ਚਾਲੂ ਮਖਾ ਸ਼ੁਰੂ ਕਰਾਂ ਕੋਲੇਜ ਮੈਂ ਕਈ ਦਿਨ ਤਾਂ ਕਰਕੇ ਕੰਮ ਆ ਬਿਜੀ ਹੋ ਰਿਹਾ ਤਾ ਖਰ ਬਾਲਕਾ ਗਨੂ ਹੋ ਰਹੀ ਹੈ ਵਲੋਗਿੰਗ ਇਸੀ ਸ਼ੁਰੂ ਕਰੀ ਅਰ ਉਹ ਤਾਂ ਮਹਿੰਗਾ ਹੋ ਗਿਆ ਇਸੀ ਕੋਈ ਬਾਤ ਕੋ ਨਿਆ ਵਲੋਗਿੰਗ ਨਾ ਬੜੇ ਮਾਰੇ ਕਈ ਮਿਲੀਅਨ ਸਬਸਕ੍ਰਾਈਬਰ ਹੋ ਗਈ ਬੈ ਇਹ ਵਾਰ ਤਾਂ ਨਿਊ ਹੈ ਅਰੇ ਕੋਲੇਜ ਮਾ ਲਈ ਹਾਂ ਜੇ ਪਹਿਲਾ ਪੀਰੀਅਡ ਆਪਣਾ ਉਹ ਫੋ ਹੈ ਸੋਸ਼ਲੋਜੀ ਵਾਲਾ 12 ਵਜੇ ਲੱਗ ਹੈ ਉਹ ਲਗਾ ਲਿਆ ਗਈ ਥੋੜ੍ਹੀ ਆਣ ਮੈਂ ਅਰੇ ਵਾ ਤਾਂ ਆਪਣਾ ਆੜੇ ਕੋਮਰਸ ਵਾਲੇ ਬਗੜ ਮੈਂ ਹੂੰ ਜੋ ਕੋਮਰਸ ਵਾਲਾ ਬਗੜ ਹਮਾਰੇ ਕੋਲੇਜ ਕਾ ਨਿੱਕੀ ਰਾਮ ਕਾ ਥਾ ਤਾਂ ਪਿਛਲੇ ਵਲੋਗ ਮੈਂ ਵੀ ਦਿਖਾਈ ਦਿਆ ਥਾ ਮਨੇ ਅਰ ਇਹ ਨਈ ਬਿਲਡਿੰਗ ਮੈਂ ਲੱਗ ਗਈ ਆਪਣੀ ਸੋਸ਼ਲੋਜੀ ਦੀ ਕਲਾਸ ਉਹ ਲਗਾ ਲਿਆ ਗਿਆ ਅਗਲੀ ਘੰਟੀ ਮੈਂ ਤੇ ਬਾਈ ਆ ਬਾਤ ਹੈ ਬੇਰਾ ਨਹੀਂ ਲੱਗਦਾ ਕੂਣ ਕਿਸ ਭਗਤ ਕਿਸ ਭਗਤ ਕਰਕੇ ਸਵਾਦ ਥਾਰੇ ਲੇ ਕਰ ਅਗਰ ਤਾਰਾ ਸਮਝ ਮੈਂ ਨਹੀਂ ਆਊਗੀ ਅਰ ਗਰਮੀ ਕਾ ਬੇਗਨ ਹੋ ਰਿਹਾ ਜਣੂ ਤੁਮਨੇ ਬੇਰਾ ਬਾਦ ਵੇ ਮੈਂ ਗਾਮ ਕਾ ਸੁੱਤਾ ਪੜਿਆ ਕਰੇ ਅਰ ਇਹ ਫੁੱਲ ਫਲ ਲੱਗ ਰਹੇ ਕਾ ਦੇਖ ਅਰ ਫਰਵਰੀ ਮਾੜੇ ਇੱਕ ਵੀ ਫੁੱਲ ਨਹੀਂ ਪਾਊਗਾ ਫਰਵਰੀ ਮੈਂ ਸਭ ਕੇ ਮੈਂ ਤੋੜਿਆ ਜਾਗਾ ਅੜੇ ਤਾਂ ਬੜੀਆ ਬਾਲਕ ਹੋ ਰਿਹਾ ਅਗਰ ਅੜੇ ਫਲੋ ਮੈਂ ਤਾਂ ਬਾਈ ਬਸ ਅੱਜ ਕੇ ਵਲੋਗ ਮੈਂ ਇਤਨਾ ਆਏ ਥਾ ਜੋ ਮਤਲਬ ਉਸ ਦਿਨ ਮੈਂ ਚੋੜਾ ਹੋਇਆ ਥਾ ਬਾਬਾ ਜੀ ਖਾ ਗਿਆ ਥਾ ਮੈਂ ਇਹ ਉਹ ਛੋਰਾ ਹੈ ਹਮਨੇ ਗਿਆਨ ਸਾਹਿਬ 5 ਸਾਲ ਹੋ ਗਏ ਚਾਹੇ ਕਿਤਨੇ ਸਾਲ ਹੋ ਲਏ ਬਾਈ ਕਿ ਮੈਂ ਕਰਤੀ ਇਹ ਪਾਗਲ ਬਣਾ ਦੇ ਇੱਕ ਮਿੰਟ ਮੈਂ ਮੇਰਾ ਨਹੀਂ ਲੱਗਦਾ ਬਾਈ ਕਿਸੇ ਕਾ ਕੁਛ ਨਹੀਂ ਮੇਰਾ ਅੱਜ ਕੇ ਟਾਈਮ ਪੈ ਪਰ ਨੂੰ ਹੈ ਕੋਈ ਸੀਰੀਅਸ ਹੋਣ ਕਾ ਮੈਟਰ ਕੋ ਨਿਆ ਆਪਾਂ ਮਜੇ ਮਹਾਂ ਬਾਈ ਹਰੇਕ ਵਾਰ ਜੀ ਸਾਰਾ ਜੀ ਹੋਇਆ ਥਾ ਮੈਂ ਕੋਈ ਝੋਰੀ ਫੈਨ ਹੋ ਗਈ ਪਰ ਕਿ ਮੇਰਾ ਥਾ ਕੋਈ ਨਾ ਫੈਨ ਆਡੇ ਤਾਂ ਇਹ ਆਪਣੇ ਪੁਰਾਣੇ ਫੈਨ ਆਂਡਾ ਮਾਰਕੀਟ ਮੈਂ ਚਲੋ ਬਾਈ ਕਲਾਸ ਕਲੂਸ ਲਗਾਉਂਗੇ ਅੱਜ ਕੱਲ੍ਹ ਲੋਕ ਕਿਸਾ ਲੱਗ ਗਿਆ ਅੱਜ ਕੀ ਬਕਵਾਦ ਜਾਂ ਕਿਸੀ ਲੱਗ ਗਈ ਬਤਾ ਦਿਓ ਸਾਰੇ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਚੈਨਲ ਫੈਲਾ ਦਿਓ ਤੋੜੇ ਸਾਰਿਆਂ ਨੂੰ ਰਾਮ ਰਾਮ ਬਾਈ।